ਹਾਂਜੀ ਸਮਾਨ ਦਿੱਤਾ ਭਾਈ ਉਹਨਾਂ ਨੂੰ। ਹਾਂਜੀ ਤੁਹਾਨੂੰ ਖਾਤੇ ਦਾ ਕੀ ਕਰਨਾ, ਜਿਹੜਾ ਸਮਾਨ ਜਿਹੜਾ ਈਦ ਦਾ ਲਹਾਇਆ ਹੋਇਆ ਉਹ ਪੈਸੇ ਮੰਗਾ ਲਿਆ ਵਾ, ਸਮਾਨ ਸਾਰਾ ਆ ਗਿਆ ਵਾ, ਇਹਨਾਂ ਨੂੰ ਹੁਣ ਘਰ ਜਾਣ ਦਿਓ ਨਾ। ਅੱਛਾ ਬਕਾਇਆ ਸਮਾਨ ਤੁਸੀਂ ਲਾਓ ਅੱਗੇ ਸਾਰਾ, ਠੀਕ ਹੋ ਗਿਆ ਸਮੇਂ ਲੱਗੀ ਆ ਕਿ ਨਹੀਂ? ਓਕੇ ਹੋ ਗਿਆ। ਹਾਂ ਤੇ ਉਹਨਾਂ ਦਾ ਬਿੱਲ ਦਾ ਹੀ ਕਰਨਾ ਸੀਗਾ ਤਾਂ ਮੰਡੀ ਵਾਲਿਆਂ ਦਾ ਸ਼ਾਮ ਨੂੰ ਆਊਗਾ ਨਾ ਫੋਨ। ਹਾਂ ਤੇ ਫਿਰ ਤੂੰ ਇੱਥੇ ਇਹਨਾਂ ਦਾ ਉਹ ਜਿਹੜੀ ਸੇਲ ਸਾਰੀ ਇਕੱਠੀ ਕਰਕੇ ਤੇ ਘਰੋਂ ਵੀ ਪੈਸੇ ਫੜ ਲਿਆ, ਉਹਨਾਂ ਰੁਪਈਆ ਸਵੇਰੇ ਦੇਣਾ ਵਾ 8.5 8.5 ਲੱਖ ਰੁਪਈਆ ਦੇਣਾ। ਆਹੋ ਚਲੋ ਠੀਕ ਹੋ ਗਿਆ। ਮਾਲੂਮਾਤ ਲੈਣੀ ਸੀ ਤੁਹਾਡੇ ਕੰਮ ਦੀ। ਮੈਂ ਵੀ ਦੁਕਾਨ ਕਰਨੀ ਹੈ ਸਬਜ਼ੀ ਦੀ। ਹਾਂਜੀ ਤੇ ਮਾਲੂਮਾਤ ਲੈਣੀ ਸੀਗੀ ਕਿ ਕੀ ਇਹ ਚ ਬਚਤ ਬੁਚਤ ਦਾ ਹਿਸਾਬ ਹੁੰਦਾ? ਬਚਤ ਸ਼ੁਕਰ ਆ ਜੀ ਅੱਲਾ ਪਾਕ ਦਾ। ਅੱਛਾ ਹਾਂਜੀ ਉਹ ਪਲਾਟ ਵਾਲਿਆਂ ਨੂੰ ਦਿੱਤੇ ਪੈਸੇ? ਹਾਂਜੀ ਦਿੱਤੇ, 30 ਲੱਖ ਰੁਪਏ ਚਲੇ ਗਿਆ ਵਾ, 70 ਰਹਿ ਗਿਆ। ਬਕਾਇਆ ਉਹਨਾਂ ਨੂੰ ਕੋਈ 2-3 ਦਿਨ ਬਾਅਦ ਮਿਲ ਜਾਏਗਾ। ਠੀਕ ਹੋ ਗਿਆ, ਓਕੇ। ਵਾਵਾ ਪੈਸੇ ਪੂਸੇ ਬਚ ਜਾਂਦੇ ਜੀ ਇਸ ਕੰਮ 'ਚ? ਬਸ ਜੀ ਸ਼ੁਕਰ ਅੱਲਾ ਪਾਕ ਦਾ, ਅੱਲਾ ਨੇ ਰੌਣਕ ਲਾਈ ਆ। ਅੱਛਾ ਹਾਂਜੀ ਮਤਲਬ ਕਿੰਨੇ ਪਰਸੈਂਟ ਬਚਤ ਹੁੰਦੀ ਹੈ ਇਹਦੇ 'ਚੋਂ? ਮਤਲਬ ਕਿ 100 ਦਾ ਸੌਦਾ ਲਿਆਈਏ ਮਿਸਾਲ ਦੇ ਤੌਰ 'ਤੇ ਤਾਂ ਕਿੰਨੇ ਪੈਸਿਆਂ ਦਾ ਵਿਕ ਜਾਂਦਾ? 100 ਦਾ ਸੌਦਾ ਲਿਆਈਏ ਰੁਪਈਆ 300 ਤਾਂ ਫੜ ਹੀ ਲਈਦਾ। ਅੱਛਾ 100 ਦੇ ਸੌਦੇ 'ਚੋਂ? ਬੱਚੇ ਵੀ ਪੜ੍ਹਾਉਣ ਡਏ ਆ, ਪਲਾਟ ਵੀ ਲੈ ਆ, ਸਾਰੇ ਭਰਾਵਾਂ ਨੇ ਆਪਣੇ ਆਪਣੇ ਘਰਾਂ 'ਚ ਵੀ ਲਹਿਦਾ ਲਹਿਦਾ ਰਹਿਣ ਡਏ ਆ। ਸ਼ੁਕਰ ਦੋ ਡਾਲੇ ਵੀ ਦਿੱਤੇ ਆ ਸਬਜ਼ੀ ਵਾਲੇ ਗੱਡੀ ਡਾਲੇ ਆਪਣੇ ਆਪਣੇ ਡਾਲੇ 'ਚ ਮਾਲ ਲੈ ਕੇ ਆਈਦਾ ਵਾ। ਅੱਛਾ ਜੀ ਇੰਨੀ ਬੱਚਤ ਆ, ਅੱਲਾਹ ਦਾ ਸ਼ੁਕਰ। ਫਿਰ ਮੈਂ ਕਰ ਲਵਾਂ ਜੀ ਇਹ ਕੰਮ? ਕਰੋ ਜੀ ਕਰੋ, ਅੱਲਾ ਪਾਕ ਦਾ ਨਾਂ ਲੈ ਕੇ ਅੱਗੇ ਬਰਕਤ ਅੱਲਾ ਨੇ ਪਾਉਣੀ ਹੈ। ਜਗ੍ਹਾ ਲੈ ਲਈਏ ਜੀ ਆਪਾਂ, ਮਾਸ਼ਾਅੱਲਾ ਮਾਸ਼ਾਅੱਲਾ। ਉਹ ਇਹ ਆ ਕਿ ਭਾਈ ਬਾਹਰ ਹੁੰਦਾ। ਅੱਛਾ ਤੇ ਫਿਰ ਡਾਲੇ ਵੀ ਲੈ ਲੈਣੇ ਜਿੱਦਾਂ ਤੁਸੀਂ ਕਹਿ ਰਹੇ ਹੋ, ਡਾਲੇ ਲੈ ਕੇ ਤਾਂ ਉਹਦੇ 'ਚ ਮਾਲ ਲੈ ਆਇਆ ਕਰਾਂਗੇ। ਮਤਲਬ ਕਿ ਤੁਹਾਡਾ ਮਕਸਦ ਹੈ ਕਿ ਲਹਿਰਾਂ ਬਹਿਰਾਂ ਇਹ ਕੰਮ ਅੱਛਾ ਹੈ? ਸ਼ੁਕਰ ਅੱਲਾ ਦੀ ਜ਼ਾਤ, ਹੁਣ ਇਹਨੇ ਗੱਡੀ ਬੁੱਕ ਕਰਾਈ ਹੈ ਸਨਾਟਾ। ਅੱਛਾ ਅੱਲਾ ਦੀ ਰਹਿਮਤ ਨਾਲ ਆ ਜਾਣੀ ਹੈ ਤੀਸਰੇ ਚੌਥੇ ਦਿਨ। ਦੁਨੀਆ ਦਾ ਇਹ ਕੰਮ ਐਸਾ ਕੰਮ ਹੈ, ਮੀਂਹ ਹੈ, ਹਨੇਰੀ ਹੈ, ਬੱਦਲ ਹੈ, ਛਾਂ ਹੈ, ਰੋਟੀ ਬੱਚਿਆਂ ਨੇ ਖਾਣੀ ਖਾਣੀ ਹੈ। ਇਹ ਸੌਦੇ ਪੈਣੇ ਹੀ ਪੈਣੇ ਹਾਂਡੀ 'ਚ। ਹਾਂ ਇਹ ਭਾਵੇਂ ਧਾਰ ਫੜ ਕੇ ਲੈਣ ਤੇ ਭਾਵੇਂ ਨਗਦ ਲੈਣ, ਮਜਬੂਰ ਹੈ ਤੇ ਭਾਵੇਂ ਨਹੀਂ ਮਜਬੂਰ। ਇੱਥੇ ਯਾਰ ਸਫਾਈ ਕਰੋ, ਪਕਰੀਆਂ ਪਕਰੀਆਂ ਵਾ। ਅੱਛਾ ਜੀ ਹਾਂ ਇਹ ਅੱਲਾ ਦੀ ਰਹਿਮਤ ਨਾਲ ਇਹ ਚੀਜ਼ ਜਿਹੜੀ ਹੈ ਨਾ, ਰੁਪਈਆ ਜਗ੍ਹਾ ਲੈ ਲਈ ਹੈ, ਬਹੁਤ ਅੱਛੀ ਹੈ, ਰੋਡ ਦੇ ਉੱਤੇ ਜਗ੍ਹਾ ਹੈ। ਅੱਛਾ ਬਸ ਫਿਰ ਅੱਲਾ ਦੀ ਰਹਿਮਤ ਆ ਜੀ। ਤੇ ਇਹ ਆ ਕਿ ਰੁਪਈਏ ਨਾ, ਇਹ ਆ ਕਿ ਜਿੱਥੇ ਦੁਕਾਨਾਂ ਹੈ ਨਾ ਸਬਜ਼ੀ ਸੁਬਜ਼ੀ ਦੀਆਂ, ਉੱਥੇ ਕਿਤੇ ਲਿਓ ਦੁਕਾਨ, ਨਹੀਂ ਉੱਥੇ ਹੀ ਪਾਉਣੀ ਆਪਾਂ। ਹਾਂ ਬਸ ਇਹਦਾ ਮਤਲਬ ਆ ਪੈਸੇ ਅਗਰ ਭਰ ਕੇ ਲਾਈਏ, ਭਰ ਕੇ ਲਾਓ ਜੀ, ਜਿੱਥੇ ਕਾਰੋਬਾਰ ਹੈਗਾ ਨਾ ਉੱਥੇ ਲਾਓ, ਜਿੱਥੇ ਇਕੱਲੀ ਦੁਕਾਨ ਹੁੰਦੀ ਹੈ ਨਾ ਗਾਹਕ ਉੱਥੇ ਖਲੋਂਦਾ ਹੀ ਨੀ ਗਾ ਕਿ ਇਹਨੇ ਰੇਟ ਹੀ ਆਪਣੀ ਮਰਜ਼ੀ ਦਾ ਲਾਉਣਾ। ਤੇ ਜਿੱਥੇ ਕੋਈ 8-10 ਦੁਕਾਨਾਂ ਲੈਣ ਸਿਰ ਨਾ ਉੱਥੇ ਕੰਮ ਕਰੋ ਤੇ ਅੱਲਾ ਪਾਕ ਦੀ ਰਹਿਮਤ ਹੋ ਜਾਣੀ ਹੈ। ਮਤਲਬ ਕਿ ਤੁਹਾਡਾ ਜ਼ੇਨ ਇਹ ਆ ਕਿ ਪੈਸੇ ਲਾ ਦਈਏ, ਪੈਸੇ ਅੱਲਾ ਦੀ ਰਹਿਮਤ ਨਾਲ ਜੀ, ਬੇਫਿਕਰ ਕਰੀਏ, ਬੇਫਿਕਰ ਹੋ ਗਏ ਤੇ ਉਹ ਅੱਲਾ ਦੀ ਰਹਿਮਤ ਹੋ ਜਾਂਦੀ ਹੈ। ਤੇ ਤੁਸੀਂ ਇਹ ਦੱਸੋ ਕਾੜੇ ਤੁਸੀਂ ਕਿਹੜੇ ਸ਼ਹਿਰ 'ਚ ਰਹਿੰਦੇ ਆ? ਅਕਾੜੇ ਪਿੰਡ ਰਹਿੰਦੇ ਆ? ਨਹੀਂ ਸਟੇਸ਼ਨ ਦੇ ਨਾਲ ਹੀ ਰਹਿੰਦੇ ਆ, ਲੇਕਿਨ ਉਹ ਅਕਾੜੇ ਛੱਡਤਾ ਅਕਾੜਾ। ਨਹੀਂ ਉੱਥੇ ਵੀ ਆਪਣਾ ਮੰਡੀਓ ਮਾਲ ਆਉਂਦਾ ਜੀ, ਮੈਂ ਕਿਹਾ ਉੱਥੇ ਤੇ ਉੱਥੇ ਤੁਹਾਡੀ ਗੱਲ ਗੁਲ ਕਰਾ ਦੇਣਗੇ। ਨਹੀਂ 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 ਭਾਜੀ ਤੁਸੀਂ ਬੇਫਿਕਰ ਹੋ ਕੇ ਕੰਮ ਸ਼ੁਰੂ ਕਰੋ, ਅੱਲਾ ਤਾਲਾ ਰੋਜ਼ੀ ਦੇਵੇਗਾ। ਸਮਝ ਲੱਗੇ ਪਰਦੇਸੀ ਬੰਦੇ ਹੋ ਤੁਸੀਂ, ਕੋਈ ਰੌਲਾ ਨਹੀਂ, ਗਲਤ ਮਸ਼ਵਰਾ ਨਹੀਂ ਦਾਂਗੇ। ਹਾਂਜੀ ਹਾਂਜੀ ਤੁਸੀਂ ਸਾਡੀਆਂ ਗੱਲਾਂ ਯਾਦ ਰੱਖਣੀਆਂ। ਯਾਰ ਅਸੀਂ ਰਿਜ਼ਕ ਕਮਾਉਂਦੇ ਆ, ਅਸੀਂ ਤੈਨੂੰ ਸੱਚ ਦੱਸਾਂਗੇ ਤੂੰ ਕਿਹੜਾ ਸਾਡਾ ਖੋ ਕੇ ਲੈ ਜਾਣਾ। ਹਾਂਜੀ ਹਾਂਜੀ ਹੈ, ਬਿਲਕੁਲ ਸਹੀ ਹੈ, ਤੈਨੂੰ ਤੇਰੇ ਨਸੀਬ ਮਿਲਣੇ ਆ ਸਾਨੂੰ ਸਾਡੇ। ਚਲੋ ਅਸੀਂ ਤੈਨੂੰ ਦੱਸ ਦਿੱਤਾ, ਤੂੰ ਜਾ ਕੇ ਆਪਣੇ ਕੰਮ ਕਾਰ ਕਰ ਆਪਣਾ ਖੁੱਲ ਡੁੱਲ ਕੇ, ਅੱਲਾ ਅੱਲਾ ਦਾ ਖੈਰ, ਤੈਨੂੰ ਆਵਾਜ਼ ਨਹੀਂ ਆਉਣੀ। ਚਲੋ ਅੱਲਾ ਦਾ ਨਾਂ ਲੈ ਕੇ ਸ਼ੁਰੂ ਕਰਦੇ ਆ ਸਵੇਰੇ। ਹਾਂ ਸ਼ੁਰੂ ਕਰੋ ਅੱਲਾ ਪਾਕ ਨੂੰ ਯਾਦ ਕਰਕੇ। ਜਗ੍ਹਾ ਕਿੱਥੇ ਲਈ ਹੈ ਜੀ?
ਆ ਨਾਲ ਦੀ ਜਗ੍ਹਾ ਲਈ ਮੈਂ ਕਿਹੜੀ ਯਾਰ ਭਾਈ ਸ਼ੁਗਲ ਕਿਉਂ ਕਰਨਾ ਇਹ ਤੇ ਚਾਚੇ ਅਸਲਮ ਹੋਣਾ ਦੀ ਨਹੀਂ ਜਗ੍ਹਾ ਨਹੀਂ ਮੈਂ ਲੈ ਲਈ ਅਸਲਮ ਸਾਹਿਬ ਤੋਂ ਉਹਨਾਂ ਨੂੰ ਤੇ ਅਸੀਂ 50 ਵਾਰੀ ਕਿਹਾ ਉਹ ਕਹਿੰਦੇ ਦੇਣੀ ਨਹੀਂ ਜਗ੍ਹਾ ਸਾਡਾ ਸੌਦਾ ਹੋ ਗਿਆ 60 ਲੱਖ ਦੀ ਜਗ੍ਹਾ ਲੈ ਲਈ ਮੈਂ ਤੇ ਪਾਉਣ ਲੱਗਾ ਇੱਥੇ ਮੈਂ ਸਵੇਰੇ ਮਾਲ ਇੱਥੇ ਨਹੀਂ ਕੰਮ ਚੱਲਣਾ ਕਿਉਂ ਉਹ ਭਾਜੀ ਇੱਥੇ ਆ ਵੇਖੋ ਹਾਂ ਸਾਡਾ ਕਦੋਂ ਦੇ ਅਸੀਂ ਖਲੋਤੇ ਹਾਂ ਘੰਟਾ ਡੇਢ ਹੋ ਗਿਆ ਤੁਹਾਡੇ ਸਾਹਮਣੇ ਇੱਕ ਵੀ ਗਾਹਕ ਨਹੀਂ ਆਇਆ ਉਹ ਕੋਈ ਨਹੀਂ ਗਾਹਕ ਚੱਲਦੇ ਰਹਿੰਦਾ ਹੁੰਦਾ ਕੰਮ ਇੱਦਾਂ ਆਪੇ ਹੀ ਕਹਿਣ ਡਏ ਆ ਕਿ 100 ਦਾ ਸੌਦਾ ਲਿਆਓ ਤਾਂ 300 ਬਚਦਾ ਉਹ ਭਾਜੀ ਅੱਲਾ ਦੀ ਕਸਮ ਬਕਵਾਸ ਕਰਨ ਡਿਆ ਉਹ ਐਵੇਂ ਮੂੰਹ ਨਿਕਲ ਗਈ ਆ ਸਮਝ ਗਿਆ ਭਰਾ ਸਾਰੀ ਦਿਹਾੜੀ ਦਾ ਕੋਈ ਗੱਲਬਾਤ ਨਹੀਂ ਸਮਾਨ 'ਚ ਲੱਗੇ ਰਹੇ ਸ਼ੁਗਲ ਮੇਲੇ ਨਹੀਂ ਕੀਤਾ ਹੈਗਾ ਸੌਦਾ ਇੱਥੇ ਮੈਂ ਲੈਂਦੇ ਪੈਂਦੇ ਕੱਲ ਨੂੰ 10 ਲੱਖ ਦਾ ਪਾ ਦੇਣਾ ਉਹ ਭਾਜੀ ਨਹੀਂ ਤੁਹਾਡੇ ਪੈਸੇ ਖਰਾਬ ਹੋਣੇ ਮੁੰਡਾ ਆਇਆ ਵਾ ਇਹਨੇ ਮੇਰੀ ਗੱਲ ਕਰਾਈ ਮੈਂ ਲੰਬਰ ਬੰਦ ਕੀਤਾ ਮੰਡੀ ਵਾਲਿਆਂ ਨੇ ਇੰਨੀਆਂ ਗਾਲਾਂ ਕੱਢੀਆਂ ਕਹਿੰਦਾ ਪੈਸੇ ਨੀ ਪਹੁੰਚਾਣੇ ਤੁੰਨ ਕੇ ਪੈਸੇ ਪਾਉਣੇ ਇੱਕ ਵਾਰੀ ਕੋਈ ਫਾਇਦਾ ਨੀ ਖਰਾਬ ਹੋ ਜਾਣੇ ਪੈਸੇ ਤੁਹਾਡੇ ਇਹ ਆ ਕਿ ਇੱਕ ਵਾਰੀ ਗਾਹਕ ਜਿਹੜਾ ਨਾ ਜੀ ਹੋਰ ਦੁਕਾਨ ਨਾਲ ਮੂੰਹ ਹੀ ਨਹੀਂ ਕਰੇਗਾ ਮੈਂ ਉੱਥੇ ਬੰਦੇ ਬਾਹਰ ਖੜੇ ਕਰਨੇ ਆ ਜੀ ਖੁਦਾ ਦੀ ਕਸਮੇ ਆ ਜਗ੍ਹਾ ਵੀ ਪੱਕੀ ਜਾਈ ਆ ਇੱਥੇ ਜਿਹੜਾ ਵੀ ਬੰਦੇ ਨੇ ਆਣ ਕੇ ਕੰਮ ਕੀਤਾ ਕੰਮ ਨਹੀਂ ਚੱਲਿਆ ਮੈਂ ਇੱਟਾਂ ਪੁੱਟ ਦਿਆਂਗਾ ਨਾ ਕੱਚੀ ਹੋ ਜਾਏਗੀ ਆਪੇ ਨਹੀਂ ਨਹੀਂ ਭਾਜੀ ਉਹ ਨਹੀਂ ਗੱਲ ਹੈਗੀ ਇੱਥੇ ਸਾਇਆ ਜਿਹਾ ਵਾ ਉਹ ਭਾਜੀ ਇੱਥੇ ਇੱਕ ਬੰਦਾ ਜਿਹਨੇ ਪਹਿਲੇ ਲਾਇਆ ਸੀ ਨਾ ਉਹ ਵੀ ਨਹੀਂ ਸੀ ਮੰਨਦਾ ਉਹਨੇ ਲਾਈ ਆ ਉਹ ਪਾਗਲ ਹੋ ਕੇ ਮਰਿਆ ਕੋਈ ਨਹੀਂ ਮੇਰਾ ਬਾਬਾ ਇੱਕ ਵਾਕਫ ਆ ਪਹਿਲੇ ਮੈਂ ਲਿਆ ਕੇ ਦਮ ਕਰਾਊਂਗਾ ਇੱਥੇ ਜਿੰਨ ਜੁਨ ਸਾਰੇ ਕਢਾ ਕੇ ਉਸ ਤੋਂ ਬਾਅਦ ਮੈਂ ਬਾਹਰ ਦੋ ਬੰਦੇ ਲਿਆ ਕੇ ਖੜੇ ਕਰਨੇ ਆ ਇੱਥੇ ਤੇ ਉਹ ਗਾਹਕਾਂ ਨੂੰ ਨਾ ਮੋਟਰਸਾਈਕਲਾਂ ਵਾਲਿਆਂ ਨੂੰ ਸਾਈਕਲਾਂ ਵਾਲਿਆਂ ਨੂੰ ਰੋਕ ਰੋਕ ਕੇ ਕਿਹਾ ਕਰਨਗੇ ਸਬਜ਼ੀ ਅੱਧੇ ਰੇਟ ਤੇ ਪਿਆਜ਼ ਅੱਧੇ ਰੇਟ ਤੇ ਨਿੰਬੂ ਅੱਧੇ ਰੇਟ ਤੇ ਆਪਾਂ ਜਿਹੜੇ ਆਸੇ ਪਾਸੇ ਦੜਾ ਦੇਣੇ ਸਾਰੇ ਉਹ ਭਾਈ ਵੇਖ ਲਓ ਨਹੀਂ ਕੰਮ ਹੀ ਨਹੀਂ ਚੱਲਦਾ ਅੱਲਾ ਦੀ ਕਸਮ ਬੜੇ ਪੁਰਾਣੇ ਬੈਠੇ ਆ ਇਹ ਐਡਾ ਸਾਰਾ ਸੇਡਾ ਸਾਰਾ ਪਿਆ ਪਿਆ ਐਡਾ ਹੋ ਗਿਆ ਕੀ ਐਡਾ ਸਰ ਪਿਆਜ਼ ਸੁੱਕ ਗਿਆ ਨਹੀਂ ਵੀ ਨਹੀਂ ਡਿਆ ਭਾਈ ਡੇਲੀ ਇੱਕ ਛੱਟਾ ਮਾਰੀ ਦਾ ਹੋਈ ਬਣਾ ਇੰਨੀ ਹੋ ਚੁੱਕੀ ਇਹ ਪੱਲੇ ਹੀ ਪਾਸੇ ਬੈਠ ਗਿਆ ਐਡਾ ਸਾਰਾ ਸੀਗਾ ਹਾਂਜੀ ਆ ਐਡੇ ਐਡੇ ਸੀ ਜਦੋਂ ਲਿਆਂਦੇ ਆ ਆ ਪਿਆ ਵੇਖ ਲੈ ਕਿੱਡੇ ਕਿੱਡੇ ਰਹਿ ਗਏ ਉਹ ਨਹੀਂ ਕੰਮ ਹੀ ਹੈ ਨਹੀਂ ਖੁਦਾ ਦੀ ਕਿਸਮ ਹੈ ਕੰਮ ਹੀ ਕੋਈ ਨਹੀਂ ਹੈਗਾ ਤੂੰ ਪਰਦੇਸੀ ਬੰਦਾ ਸੀ ਤੈਨੂੰ ਗਲਤ ਮਸ਼ਵਰਾ ਨਹੀਂ ਦਾ ਯਾਰ ਪਰਦੇਸੀ ਆ ਜਾਂ ਦੇਸੀ ਮੈਂ ਸਵੇਰੇ ਇੱਥੇ ਜਿਲੇ 20-30 ਲੱਖ ਰੁਪਏ ਲਾਉਣਾ ਸਮਾਨ ਸਟਾਉਣਾ ਹੈ ਅੱਲਾ ਦੀ ਕਿਸਮ ਹੈ ਦਫਾ ਕਰੋ ਕੰਮਾਂ ਦੇ ਅੱਜਕੱਲ੍ਹ ਤੁਸੀਂ ਬਹੁਤ ਅੱਛੀ ਗੱਲ ਦੱਸੀ ਹੈ ਕਿ 100 ਰੁਪਏ ਦਾ ਸਮਾਨ ਲਾਓ ਤੇ ਸਬਜ਼ੀ ਜੋ 300 ਬਚਦਾ ਭਾਜੀ ਅਸੀਂ ਤੇ ਬਕਵਾਸ ਕਰਨ ਡਾ ਹੈ ਆ ਸਾਡੇ ਅੰਜ ਦੇ ਹਾਲਾਤ ਹੋਣ ਜੇ ਅਸੀਂ ਇੰਨੇ ਪੈਸੇ ਕਮਾਉਂਦੇ ਹੋਈਏ ਆ ਕੱਪੜੇ ਵੇਖ ਆ ਚੱਪਲ ਵੇਖ ਸਵੇਰੇ ਸ਼ੁਰੂ ਉਹ ਭਾਜੀ ਨਾ ਅੱਲਾ ਦੀ ਕਸਮ ਇੱਥੇ ਕੰਮ ਕਰੇ ਅੱਲਾ ਦੀ ਕਸਮ ਕੋਈ ਫਾਇਦਾ ਫੂਦਾ ਨਹੀਂ ਹੈਗਾ ਉਹ ਤੇ ਅਸੀਂ ਐਵੇਂ ਚਵਲਾ ਮਾਰਨ ਨੇ ਦੋਵੇਂ ਭਰਾ ਆਪਸ ਦੇ ਵਿੱਚ ਆਪਣਾ ਦਿਲ ਪਿਸ਼ੌਰੀ ਕਰਦੇ ਰਹੀਦਾ ਨਹੀਂ ਆ ਡਾਲਿਆਂ ਦੀਆਂ ਗੱਲਾਂ ਪਲਾਟਾਂ ਦੀਆਂ ਗੱਲਾਂ ਇਹਨੂੰ ਦੋ ਵਾਰੀ ਤੇ ਪੁਲਿਸ ਦਾ ਡਾਲਾ ਲੈ ਗਿਆ ਕਿਹਨੂੰ ਇਹਨੂੰ ਜਿਹੜਾ ਡਾਲੇ ਦੀ ਗੱਲ ਕਰਦੇ ਨਾ ਉਹ ਆ ਵਾ ਰੇੜੀ ਇਹਦਾ 2 ਮਹੀਨੇ ਦਾ ਕਿਰਾਇਆ ਦੇਣਾ ਵਾ ਅਸੀਂ ਹਲੇ ਇਹ ਹਿਸਾਬ ਲਾ ਲਾ ਇਹ ਹਾਲਾਤ ਅੱਖ ਕੇ ਅਸੀਂ ਖਿਲਾਰ ਦਿੱਤੀ ਹੈ ਇਹ ਆ ਕਿ ਮੈਂ ਵੀ 2 ਮਹੀਨਿਆਂ ਬਾਅਦ ਪਲਾਟਾਂ ਦੀਆਂ ਗੱਲਾਂ ਕਰੂੰਗਾ ਡਾਲਿਆਂ ਦੀਆਂ ਗੱਲਾਂ ਕਰੂੰਗਾ ਉਹ ਹੋਰ ਵੀ ਕੰਮ ਕਰ ਲਾ ਫਿਰ ਇਹ ਗੱਲ ਨਾ ਕਰ ਹੋਰ ਕਰ ਲਾ ਅੱਲਾ ਦੀ ਕਸਮ ਕੋਈ ਕੰਮ ਹੋਰ ਕਰ ਲਾ ਜੇ ਪਲਾਟਾਂ ਦੀਆਂ ਗੱਲਾਂ ਕਰਨੀਆਂ ਨਾ ਪਛੜ ਕੇ ਮੈਂ ਪਲਾਟ ਲਾਇਆ ਤੇਰੇ ਕੋ ਕਿੰਨੇ ਪੈਸੇ 20 ਲੱਖ ਰੁਪਏ 20 ਲੱਖ ਗੱਡੀ ਸਕੂਨ ਨਾਲ ਉੱਥੋਂ ਇੱਕ ਪਾ ਹੈ ਕਾਰ ਚੰਗੀ ਜੀ ਉਹ ਰੈਂਟ ਤੇ ਚਲਾਇਆ ਇਹਨਾਂ ਕੰਮਾਂ 'ਚ ਕੱਖ ਨਹੀਂ ਰੱਖਿਆ ਨਹੀਂ ਨਹੀਂ ਚਲਾ ਲੈ ਤਾਂ ਕੰਮ ਕਰਨਾ ਮੈਂ ਤਾਂ ਚੱਲਿਆ ਹੁਣ ਸਿੱਧਾ ਮੰਡੀ ਜਾਣਾ ਭਾਈ ਨੂੰ ਲੈ ਕੇ ਕੁਛ ਵੀ ਨਹੀਂ ਹੈ ਜਦੋਂ ਆਲੂ ਝਾੜੀ ਦੇ ਨਾ ਇਤੋਂ ਛੋਟੇ ਨੂੰ ਦਮਾ ਹੋ ਗਿਆ ਆਲੂ ਝਾੜ ਝਾੜ ਕੇ ਸਾਰਾ ਜਿਹੜਾ ਨਾ ਕੱਟਾ ਮਿੱਟੀ ਨੱਕ 'ਚ ਚੜ ਗਿਆ ਚਲੋ ਮੈਂ ਸਵੇਰੇ ਨਹੀਂ ਨਹੀਂ ਮੰਡੀ ਚੱਲਿਆ ਨਹੀਂ ਨਹੀਂ ਪੈਸੇ ਭਾਜੀ ਤੁਹਾਡੇ ਖਰਾਬ ਹੋ ਜਾਣੇ ਕਾਣੇ ਤੇ ਚੋ ਇਹ ਲਾਕਾ ਨਹੀਂ ਅੱਲਾ ਦੀ ਕਸਮ ਠੀਕ ਆ ਵੇਖ ਆ ਵੇਖ ਕਿੰਨੀ ਬਦਬੋ ਖੁਦਾ ਦੀ ਕਸਮ ਸਾਡੇ ਤੇ ਦਿਮਾਗ ਮਰੇ ਆ ਭਾਜੀ ਕਾਣੇ ਚੱਲ ਜਾ ਕਾਣੇ ਟਾਈਮ ਆਉਣ ਵਾਲਾ ਹੀ ਕਾਣੇ ਦਾ ਉਹ ਨਾ ਕਰਾ ਦੇਦਾ ਕੋ ਮੈਂ ਚਵਲੇ ਜੀ ਜੇ ਮੈਨੂੰ ਪੁੱਛੀ ਜਾਣਾ ਮੰਡੀ ਵਾਲਿਆਂ ਦੇ ਕਿੰਨੇ ਪੈਸੇ ਰਹਿ ਗਏ ਆ ਬਕਵਾਸ ਆਪਣੀ ਤੂੰ ਕਰਨੋਂ ਹਟਦਾ ਹੀ ਨਹੀਂਗਾ ਤੂੰ ਕੁੱਤੇ ਆ ਜਿਹਾ ਪਹਿਲੇ ਬੰਦਾ ਕ ਬੰਦਾ ਤੇ ਵੇਖ ਲਿਆ ਕਰ
ਉਹ ਕਹਿਣ ਡਿਆ ਮੈਂ ਦੁਕਾਨ ਹੀ ਆਹ ਲੈ ਲਈ ਹੈ ਚਵਲੇ ਜਾਂਦੀਏ। ਤੁਸੀਂ ਉਹਦੇ ਸਾਹਮਣੇ ਜੀ ਹੋਣ ਕਹਿਣ ਡਿਆ ਵੀ ਪਲਾਟ ਦਾ 30 ਲੱਖ। ਬਕਵਾਸ ਬੰਦ ਕਰ ਦੇ ਚੱਲ ਬਤਾਊਆਂ ਨੂੰ ਟਾਕੀ ਮਾਰ ਜਾ ਕੇ। ਬਤਾਊਆਂ ਨੂੰ ਟਾਕੀ ਮਾਰ, ਅਗਲਾ ਸਾਨੂੰ ਟਾਕੀ ਮਾਰਨ ਆ ਗਿਆ ਵਾ, ਆ ਸਵੇਰੇ ਸੇਡਾ ਲੱਗ ਜਾਣਾ ਨਵਾਂ। ਉਹ ਚੱਲ ਜਾ ਵਾਪਸ, ਹੀ ਕੱਖ ਨਹੀਂ ਹੈ ਇੱਥੇ, ਅਸੀਂ ਤਾਂ ਬਕਵਾਸ ਕਰਨ ਡਏ ਆ। ਆ ਛੱਡੋ ਯਾਰ, ਲੈ ਆ ਗਏ ਮੈਂ ਦੇ ਦਿੱਤੇ ਅਸਲਮ ਨੂੰ ਪੈਸੇ। 100 ਦਾ ਸੌਦਾ ਲਿਆ ਕੇ ਤੇ 300 ਵਟ ਲਓ, ਹੋ ਜਾਊਗਾ। ਉਹ ਮੈਂ ਤੇ ਹੁਣ ਤੇਰੇ ਨਾਲ ਸ਼ੁਗਲ ਕਰਨ ਡਿਆ, ਸੀਰੀਅਸ ਸਮਝ ਬੈਠਾ। ਸ਼ੁਗਲ ਹੋ ਜਾਏਗਾ ਸਵੇਰੇ ਜਦੋਂ ਥੱਡਾ ਲਗਾ ਨਵਾਂ। ਲੈ ਹੋ ਜਾਏਗਾ ਇੱਥੇ। ਆ ਤੁਹਾਨੂੰ ਅਗਲੇ ਵੀ ਆਣ ਦੇ ਜ਼ਿੰਦਗੀ ਲੈ। ਅਗਲੇ ਕਿਹਾ ਵੀ 250 ਰੇਟ ਮੈਂ 150 ਦਾ ਪਿਆਜ਼ ਵੇਚਣਾ ਇੱਥੇ। ਉਹ ਇੱਥੇ ਵਿਕਣਾ 150 ਰੁਪਇਆ ਪਿਆਜ਼ ਇਹਨੇ, ਫਿਰ ਗਲਿਆ ਗੁਲਿਆ ਲਿਆਉਣਾ ਕਿਤੋਂ? ਗਲਿਆ ਸਾਡਾ ਸੋਨੇ ਵਰਗਾ ਨਹੀਂ ਵਿਕਣ ਡਿਆ, ਇਹਦਾ 150 ਰੁਪਇਆ ਵਿਕ ਜੂਗਾ। ਤੁਸੀਂ ਭਾਜ ਬੰਦਾ ਬੁੰਦਾ ਵੇਖ ਕੇ ਮਸ਼ਵਰਾ ਦਿਆ ਕਰੋ, ਇਹ ਸਾਲ ਚੱਲ ਜਾ ਤੂੰ ਜਾ ਉੱਥੇ ਦਫਾ ਹੋ ਮਸੀਤੇ ਨਮਾਜ਼ ਪੜ੍ਹ ਤੇ ਅਗਲਾ ਅੱਗੇ ਦੁਆ ਕਰ, ਇੱਧਰ ਨੂੰ ਨਾ ਆਵੇ ਸਵੇਰੇ।